ਇੱਕ ਨਿੱਕੀ ਜਿਹੀ ਕਹਾਣੀ ਅਠੰਨੀ। ਕਈ ਵਾਰ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਆਪਣੇ ਦੇਸ਼ ਵਿੱਚ ਫਿਰਿਆ ਕਰਦੇ ਸੀ ਤਾਂ ਜੋ ਉਸ ਨੂੰ ਪਤਾ ਲੱਗਦਾ ਰਹੇ ਕਿ ਉਸਦੀ ਪ੍ਰਜਾ ਦਾ ਕੀ ਹਾਲ ਹੈ। ਪ੍ਰਜਾ ਸੁਖੀ ਹੈ ਜਾਂ ਦੁਖੀ ਹੈ? ਕੋਈ ਸਰਕਾਰੀ ਕਰਮਚਾਰੀ ਕਿਸੇ ਤੇ ਜ਼ੁਲਮ ਤਾਂ ਨਹੀਂ ਕਰਦਾ? ਸੋ ਇੱਕ ਵਾਰ ਕੀ ਹੋਇਆ, ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਲਾਹੌਰ ਸ਼ਹਿਰ ਦੇ ਬਾਹਰ ਗਿਆ ਤਾਂ ਕੀ ਦੇਖਦਾ ਕਿ ਅੱਗੋਂ ਇੱਕ ਮੁੰਡਾ ਗਊ ਲੈ ਕੇ ਆ ਰਿਹਾ ਸੀ, ਗਾਂ ਲੈ ਕੇ ਆ ਰਿਹਾ ਸੀ। ਉਹ ਗਊ ਮੁੰਡੇ ਤੋਂ ਤਕੜੀ ਸੀ ਤੇ ਪਿੱਛੇ ਵੱਲ ਜ਼ੋਰ ਦਿੰਦੀ ਸੀ। ਉਸ ਨੇ ਮਹਾਰਾਜ ਨੂੰ, ਜਿਸ ਨੇ ਕਿ ਭੇਸ ਬਦਲਿਆ ਹੋਇਆ ਸੀ, ਆਖਿਆ, ਭਰਾਵਾ ਮੇਰੀ ਗਾਂ ਨੂੰ ਰਤਾ ਕੋ ਹੱਥ ਪਾਈ, ਇਸ ਨੂੰ ਸ਼ਹਿਰ ਵੱਲ ਲੈ ਚੱਲਣਾ ਹੈ। ਸ਼ੇਰੇ ਪੰਜਾਬ ਨੇ ਆਖਿਆ, ਇਸ ਗਾਂ ਨੂੰ ਕਿੱਥੇ ਲੈ ਜਾਏਗਾ? ਭਰਾਵਾ ਇਹ ਗਾਂ ਮੇਰੇ ਪਿਤਾ ਨੇ ਰਾਜੇ ਦੇ ਆਦਮੀਆਂ ਕੋਲ ਵੇਚੀ ਹੈ, ਮੈਂ ਮਹਿਲਾਂ ਵਿੱਚ ਪਹੁੰਚਾਉਣੀ ਹੈ। ਮੁੰਡੇ ਨੇ ਜਵਾਬ ਦਿੱਤਾ। ਅੱਗੋਂ ਮਹਾਰਾਜ ਪੁੱਛਦਾ, ਜੇ ਮੈਂ ਤੇਰੇ ਗਾਂ ਉੱਥੇ ਪਹੁੰਚਾ ਦਿਆਂ ਤਾਂ ਤੂੰ ਮੈਨੂੰ ਕੀ ਦੇਵੇਂਗਾ? ਮੁੰਡਾ ਕਹਿੰਦਾ, ਜੋ ਕੁਝ ਇੱਥੋਂ ਮੈਨੂੰ ਮਿਲੇਗਾ, ਜੋ ਕੁਝ ਮਹਿਲ ਵਿੱਚੋਂ ਮੈਨੂੰ ਮਿਲੇਗਾ, ਉਸ ਵਿੱਚੋਂ ਅੱਧਾ ਤੇਰਾ। ਮਹਾਰਾਜ ਕਹਿੰਦਾ, ਪੱਕੀ ਗੱਲ ਹੈ ਨਾ? ਮੁੰਡਾ ਕਹਿੰਦਾ, ਬਿਲਕੁਲ ਪੱਕੀ। ਇਹ ਸੁਣ ਕੇ ਮਹਾਰਾਜ ਨੇ ਉਹ ਗਊ ਫੜ ਲਈ ਤੇ ਸਿੱਧੇ ਮਹਿਲ ਵੱਲ ਤੁਰ ਪਏ। ਮਹਿਲ ਦੇ ਨੇੜੇ ਪੁੱਜ ਕੇ ਉਹਨਾਂ ਨੇ ਮੁੰਡੇ ਨੂੰ ਆਖਿਆ, ਇਹ ਗਾਉਂ ਲੈ ਜਾ, ਰਾਜੇ ਦੇ ਆਦਮੀਆਂ ਨੂੰ ਦੇ, ਮੈਂ ਇੱਥੇ ਰਹਿੰਦਾ, ਮੈਂ ਇੱਥੇ ਹੀ ਰੁਕਦਾ ਹਾਂ। ਮੁੰਡਾ ਗਾਉਂ ਲੈ ਕੇ ਮਹਿਲਾਂ ਵੱਲ ਗਿਆ। ਮਹਾਰਾਜਾ ਚੋਰ ਦਰਵਾਜ਼ੇ ਰਾਹੀਂ ਮਹਿਲਾਂ ਵਿੱਚ ਚਲੇ ਗਏ ਤੇ ਆਪਣੇ ਆਦਮੀ ਨੂੰ 5 ਰੁਪਏ ਦੇ ਕੇ ਆਖਿਆ, ਜਾਓ ਗਾਉਂ ਵਾਲੇ ਮੁੰਡੇ ਨੂੰ ਇਹ ਇਨਾਮ ਦੇ ਦਿਓ। ਇਹ ਆਖ ਮਹਾਰਾਜ ਫਿਰ ਬਾਹਰ ਵਾਲੀ ਥਾਂ ਜਿੱਥੇ ਖੜੇ ਸੀ ਪਹਿਲਾਂ ਉੱਥੇ ਆ ਕੇ ਫਿਰ ਖੜੇ ਹੋ ਗਏ। ਸੋ ਇੰਨੇ ਥੋੜ੍ਹੀ ਦੇਰ ਬਾਅਦ ਉਹ ਮੁੰਡਾ ਵਾਪਸ ਆਇਆ ਤੇ ਮਹਾਰਾਜ ਨੂੰ 4 ਆਨੇ ਦੇ ਕੇ ਆਖਣ ਲੱਗਾ, ਭਰਾਵਾ ਅਠੰਨੀ ਮਿਲੀ ਹੈ, ਇਹ ਲੈ 4 ਆਨੇ ਆਪਣਾ ਹਿੱਸਾ। ਮਹਾਰਾਜ ਨੇ ਕਿਹਾ ਕਿ ਤੈਨੂੰ ਕੇਵਲ 8 ਆਨੇ ਮਿਲੇ ਨੇ? ਮੁੰਡੇ ਨੇ ਕਿਹਾ, ਹਾਂ ਭਾਈ 8 ਆਨੇ ਮਿਲੇ ਨੇ, ਪਰ 8 ਆਨੇ ਕਿਹੜੇ ਥੋੜੇ ਨੇ, ਇਹ ਵੀ ਬਹੁਤ ਨੇ। ਮਹਾਰਾਜ ਕਹਿੰਦਾ, 8 ਆਨੇ ਬਹੁਤ ਥੋੜੇ ਨੇ, ਇੱਧਰ ਅੰਦਰ ਆਖਾ ਪਤਾ ਕਰੀਏ। ਮਹਾਰਾਜ ਮੁੰਡੇ ਨੂੰ ਨਾਲ ਲੈ ਕੇ ਅੰਦਰ ਗਏ। ਸਾਰੇ ਨੌਕਰਾਂ ਨੂੰ ਇਕੱਠਾ ਕਰਕੇ ਮੁੰਡੇ ਨੇ ਪੁੱਛਿਆ, ਦੱਸ ਤੈਨੂੰ ਕਿਸ ਨੇ 8 ਆਨੇ ਦਿੱਤੇ ਨੇ? ਮੁੰਡੇ ਨੇ ਡਰ ਨਾਲ ਕੰਬਦਿਆਂ ਇੱਕ ਵੱਲ ਇਸ਼ਾਰਾ ਕੀਤਾ। ਉਸ ਨੌਕਰ ਨੇ ਚਰਨਾਂ ਤੇ ਢਹਿ ਕੇ ਮਾਫ਼ੀ ਮੰਗੀ। ਉਸ ਨੌਕਰ ਨੇ ਮਹਾਰਾਜ ਦੇ ਚਰਨਾਂ ਤੇ ਢਹਿ ਕੇ ਮਾਫ਼ੀ ਮੰਗੀ ਤੇ ਮਹਾਰਾਜ ਨੇ ਉਸ ਨੌਕਰ ਨੂੰ ਬਹੁਤ ਤਾੜਨਾ ਕੀਤੀ ਤੇ ਉਸ ਮੁੰਡੇ ਨੂੰ 10 ਰੁਪਏ ਦੇ ਕੇ ਘਰ ਤੋਰਿਆ।